ਕਹਿੰਦੇ ਸੀ ਕਿ ਅਸੀਂ ਰੋਸ ਮਾਰਚ ਦੇ ਪ੍ਰਭਾਵ ਨੂੰ ਮੱਧਮ ਕਰਨ ਲਈ ਰੈਲੀਆਂ, ਇੱਕ ਨੇ ਲੰਬੀ ਤੇ ਦੂਜੇ ਨੇ ਪਟਿਆਲੇ, ਤੇ ਉਹਨਾਂ ਦਾ ਹਸ਼ਰ ਕੀ ਹੋਇਆ? ਬਾਦਲ ਤੇ ਕਾਂਗਰਸ ਦੀ ਰੈਲੀ ਦੇ ਵਿੱਚ ਲੋਕ ਇਕੱਠੇ ਹੋਏ ਹਨ। ਕਹਿੰਦਾ ਉਹਨੇ ਤਾਂ ਬਰਗਾੜੀ ਦੇ ਵਿੱਚ ਲੰਗਰ ਵਰਤਾਉਣ ਵਾਲੇ ਸਿੰਘ ਹੀ ਸੀਗੇ। ਮੈਂ ਜਦੋਂ ਤੁਹਾਡਾ ਪਿਆਰ ਦੇਖਦਾ ਤੇ ਮੈਂ ਸਮਝਦਾ ਵੀ ਮੈਂ ਕੰਮ ਮੇਰਾ ਹੈ ਹੀ ਕੁਛ ਨਹੀਂ ਗਾ, ਜਿੰਨਾ ਤੁਸੀਂ ਪਿਆਰ ਕਰਦੇ ਹੋ ਉਹਦੇ ਮੁਕਾਬਲੇ ਦੇ ਵਿੱਚ ਜਦੋਂ ਕੰਪੇਅਰ ਕਰਕੇ ਤੋਲਦਾ ਨਾ ਤੇ ਤੁਹਾਡਾ ਪਿਆਰ ਬਹੁਤ ਵੱਡਾ। ਕੋਟਕਪੁਰਾ ਤੇ ਬਰਗਾੜੀ 'ਚ ਸੁਖਪਾਲ ਖਹਿਰਾ ਤੇ ਸਿਮਰਜੀਤ ਸਿੰਘ ਬੈਂਸ ਦੇ ਸੱਦੇ ਤੇ 7 ਅਕਤੂਬਰ ਨੂੰ ਸੰਗਤਾਂ ਨੇ ਭਾਰੀ ਗਿਣਤੀ 'ਚ ਸ਼ਮੂਲੀਅਤ ਕੀਤੀ। ਬਰਗਾੜੀ 'ਚ ਸੰਗਤਾਂ ਦੇ ਠਾਠਾ ਮਾਰਦੇ ਇਕੱਠ ਨੇ ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ਅਤੇ ਕਾਂਗਰਸ ਦੀ ਲੰਬੀ ਰੈਲੀ ਵੀ ਫਿੱਕੀ ਪਾ ਦਿੱਤੀ। ਸੰਗਤਾਂ ਦੇ ਰੂਪ ਵਿੱਚ ਪਹੁੰਚੇ ਇਹਨਾਂ ਲੋਕਾਂ ਦਾ ਸਿਮਰਜੀਤ ਸਿੰਘ ਬੈਂਸ ਵੱਲੋਂ ਹੁਣ ਧੰਨਵਾਦ ਕੀਤਾ ਗਿਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦੋਨੋਂ ਹੱਥ ਜੋੜ ਕੇ ਸਮੁੱਚੇ ਰੂਪ ਦੇ ਵਿੱਚ ਪੂਰੀ ਦੁਨੀਆ 'ਚ ਵੱਸਦੇ ਪੰਜਾਬੀਆਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਬਹੁਤ ਬਹੁਤ ਧੰਨਵਾਦ ਕਰਦਾ। ਮੇਰੇ ਕੋਲ ਕੋਈ ਲਫ਼ਜ਼ ਨਹੀਂ ਜਿਹੜੇ ਲਫ਼ਜ਼ਾਂ ਦੇ ਵਿੱਚ ਮੈਂ ਤੁਹਾਡਾ ਧੰਨਵਾਦ ਕਰ ਸਕਾਂ। ਕੱਲ੍ਹ ਦਾ ਰੋਸ ਮਾਰਚ 7 ਤਰੀਕ ਵਾਲਾ ਜਿਹੜਾ ਬਰਗਾੜੀ, ਗੁਰੂ ਗ੍ਰੰਥ ਸਾਹਿਬ, ਬੇਅਦਬੀ ਕਾਂਡ, ਕੋਟਕਪੂਰਾ, ਦਾਣਾ ਮੰਡੀ ਤੋਂ ਸ਼ੁਰੂ ਹੋ ਗਏ। ਅਨਐਕਸਪੈਕਟਡ, ਜਿਹਦੀ ਆਸ ਨਹੀਂ ਸੀ ਕੀਤੀ। ਮੈਨੂੰ ਪੱਤਰਕਾਰ ਪੁੱਛਦੇ ਸੀ ਜਦੋਂ ਮੈਂ ਪੰਜਾਬ ਦੇ ਦੌਰੇ 'ਤੇ ਸੰਗਤ ਨੂੰ ਬੇਨਤੀ ਲਾਉਣ ਵਾਸਤੇ ਵੱਖ ਵੱਖ ਜ਼ਿਲ੍ਹਿਆਂ ਦੇ ਅੰਦਰ ਪਿੰਡਾਂ ਸ਼ਹਿਰਾਂ ਦੇ ਵਿੱਚ ਗਿਆ, ਅਤੇ ਮੈਨੂੰ ਪੱਤਰਕਾਰਾਂ ਦਾ ਸਵਾਲ ਸੀ ਵੀ ਕੀ ਉਮੀਦ ਆ, ਇਕੱਠ ਕਿੰਨਾ ਕੁ ਹੋਊਗਾ? ਅਤੇ ਮੈਂ ਇੱਕੋ ਹੀ ਗੱਲ ਕਹਿੰਦਾ ਸੀ ਵੀ ਇਕੱਠ ਲੱਖਾਂ ਦੇ ਵਿੱਚ ਹੋਏਗਾ। ਪਰ ਜਿੰਨਾ ਦੋਸਤੋ ਸੰਗਤ ਨੇ, ਵਾਹਿਗੁਰੂ ਦੀ ਕਿਰਪਾ, ਪ੍ਰਭੂ ਦੀ ਕਿਰਪਾ, ਜਿੰਨਾ ਸੰਗਤ ਨੇ ਸਾਥ ਸਪੋਰਟ ਦੇ ਕੇ ਸ਼ਰਧਾ ਦੇ ਨਾਲ ਆਪ ਮੁਹਾਰੇ, ਕਿਸੇ ਨੂੰ ਕੋਈ ਇੰਤਜ਼ਾਮ ਸਾਡੇ ਕੋਲ ਤਾਂ ਹੈ ਹੀ ਨਹੀਂ ਸੀ, ਨਾ ਕੋਈ ਬੱਸ ਸੀ, ਨਾ ਕਿਸੇ ਨੂੰ ਕੋਈ ਟੈਕਸੀ, ਨਾ ਕੋਈ ਇਨੋਵਾ, ਕੁਛ ਨਹੀਂ ਦਿੱਤਾ, ਆਪ ਮੁਹਾਰੇ ਸੰਗਤ ਇਸ ਕਦਰ ਗਈ ਹੈ ਕਿ ਅਨਕਾਊਂਟਡ ਹੋ ਗਿਆ ਕੰਮ। ਹੁਣ ਚਾਹੇ ਆਪਾਂ 20 ਲੱਖ ਕਹਿ ਲਈਏ, ਉਹਨੂੰ 15 ਲੱਖ ਕਹਿ ਲਈਏ, ਅਤੇ ਦੂਜੇ ਪਾਸੇ ਉਹ ਲੋਕ ਜਿਹੜੇ ਕਹਿੰਦੇ ਸੀ ਕਿ ਅਸੀਂ ਰੋਸ ਮਾਰਚ ਦੇ ਪ੍ਰਭਾਵ ਨੂੰ ਮੱਧਮ ਕਰਨ ਲਈ ਰੈਲੀਆਂ, ਇੱਕ ਨੇ ਲੰਬੀ ਅਤੇ ਦੂਜੇ ਨੇ ਪਟਿਆਲੇ, ਅਤੇ ਉਹਨਾਂ ਦਾ ਹਸ਼ਰ ਕੀ ਹੋਇਆ? ਮੇਰੀ ਟੈਂਟ ਜਿਹੜਾ ਉੱਥੇ ਪ੍ਰਬੰਧ ਕਰਦਾ ਸੀ, ਮੇਰੇ ਦੋਸਤਾਂ ਨੇ ਪਤਾ ਕਰਾਇਆ ਵੀ ਕੁਰਸੀਆਂ, ਇੱਕ ਨੇ ਮੇਰੇ ਖਿਆਲ 30,000 ਦੱਸਦੇ ਕੁਰਸੀ ਲਾਈ ਹੈ, ਦੂਜੇ ਨੇ ਵੀ ਇਹਦੇ ਅੱਟੇ ਵੱਟੇ ਕੁਰਸੀ ਲਾਈ ਹੈ। ਇੱਕ ਦੋਸਤ ਦਾ ਮੈਂ ਸੋਸ਼ਲ ਮੀਡੀਆ ਦੇ ਉੱਤੇ ਕਮੈਂਟ ਪੜ੍ਹ ਰਿਹਾ ਸੀ, ਉਹਨੇ ਲਿਖਿਆ ਵੀ ਜਿੰਨੇ ਬਾਦਲ ਤੇ ਕਾਂਗਰਸ ਦੀ ਰੈਲੀ ਦੇ ਵਿੱਚ ਲੋਕ ਇਕੱਠੇ ਹੋਏ ਹਨ, ਕਹਿੰਦਾ ਉਹਨੇ ਤਾਂ ਬਰਗਾੜੀ ਦੇ ਵਿੱਚ ਲੰਗਰ ਵਰਤਾਉਣ ਵਾਲੇ ਸਿੰਘ ਹੀ ਸੀਗੇ। ਬਿਲਕੁਲ ਸਹੀ ਗੱਲ ਕਹੀ ਹੈ, ਮਤਲਬ ਮੈਂ ਸ਼ਰਧਾ ਨਾਲ ਸਿਰ ਝੁਕਦਾ। ਇੰਨਾ ਕੁ ਸੰਗਤ ਦੇ ਅੰਦਰ ਪਿਆਰ ਦੀ ਭਾਵਨਾ, ਕੋਈ ਪਿੰਡ ਮੇਰਾ ਖਿਆਲ ਐਸਾ ਨਹੀਂ ਹੋਏਗਾ ਜਿਹੜਾ ਪਿੰਡ ਤੋਂ ਆਪਣੀ ਟਰਾਲੀ ਦੇ ਵਿੱਚ ਲੰਗਰ ਰੱਖ ਕੇ ਨਹੀਂ ਸੀ ਲਿਆ। ਮੈਂ ਆਉਂਦਾ ਹੋਇਆ ਵਾਪਸ ਪੈਦਲ ਜਾਂਦਾ ਹੋਇਆ ਵੀ ਪੈਦਲ ਗਿਆ, ਸੰਗਤ ਦੇ ਨਾਲ ਫੋਟੋਆਂ, ਸੈਲਫੀਆਂ, ਪਿਆਰ ਲੈਂਦਾ ਹੋਇਆ, ਬਜ਼ੁਰਗਾਂ ਦੀਆਂ ਦੁਆਵਾਂ ਲੈਂਦਾ ਹੋਇਆ, ਹਰ ਟਰਾਲੀ ਦੇ ਉੱਤੇ ਲੰਗਰ ਦੇਖ ਕੇ, ਲੋਕਾਂ ਦੀ ਸ਼ਰਧਾ ਦੇਖ ਕੇ, ਸੰਗਤ ਦੀ ਸ਼ਰਧਾ ਦੇਖ ਕੇ ਸਿਰ ਝੁਕਦਾ। ਆਉਂਦਾ ਹੋਇਆ ਜਦੋਂ ਵਾਪਸ ਆਇਆ ਤੇ ਬਹੁਤ ਸਾਰੇ ਬਜ਼ੁਰਗਾਂ ਨੇ ਜਿਵੇਂ ਬੱਚਿਆਂ ਨੂੰ ਸ਼ਗਨ ਦੇ ਰੂਪ ਦੇ ਵਿੱਚ ਪਿਆਰ ਦੇਈਦਾ, ਮੈਨੂੰ 100-100 ਰੁਪਈਆ ਬਹੁਤ ਸਾਰੇ ਬਜ਼ੁਰਗਾਂ ਨੇ ਪਿਆਰ ਦਿੱਤਾ। ਮੈਂ ਇਸ ਤੁਹਾਡੇ ਪਿਆਰ ਦਾ ਹਮੇਸ਼ਾ ਕਦਰਦਾਨ ਹਾਂ। ਮੇਰੇ ਕੋਲ ਕੋਈ ਲਫ਼ਜ਼ ਨਹੀਂ ਜਿਹੜੇ ਲਫ਼ਜ਼ਾਂ ਦੇ ਵਿੱਚ ਮੈਂ ਤੁਹਾਡਾ ਇਸ ਪਿਆਰ ਦਾ ਕਰਜ਼ਾ ਚੁਕਾ ਸਕਾਂ। ਸੰਗਤ ਕਹਿੰਦੀ ਹੈ ਬੈਂਸ ਕੰਮ ਬੜੇ ਕਰਦਾ। ਮੈਂ ਜਦੋਂ ਤੁਹਾਡਾ ਪਿਆਰ ਦੇਖਦਾ ਤੇ ਮੈਂ ਸਮਝਦਾ ਵੀ ਮੈਂ ਕੰਮ ਮੇਰਾ ਹੈ ਹੀ ਕੁਛ ਨਹੀਂ ਗਾ, ਜਿੰਨਾ ਤੁਸੀਂ ਪਿਆਰ ਕਰਦੇ ਹੋ ਉਹਦੇ ਮੁਕਾਬਲੇ ਦੇ ਵਿੱਚ ਜਦੋਂ ਕੰਪੇਅਰ ਕਰਕੇ ਤੋਲਦਾ ਨਾ ਤੇ ਤੁਹਾਡਾ ਪਿਆਰ ਬਹੁਤ ਵੱਡਾ। ਸੋ ਅੱਜ ਇਹ ਗੱਲ ਪੂਰੀ ਦੁਨੀਆ 'ਚ ਵੱਸਦੇ ਪੰਜਾਬੀਆਂ ਦੇ ਅੰਦਰ ਸਾਫ਼ ਤੇ ਸਪੱਸ਼ਟ ਹੋ ਗਈ। ਉਹ ਲੋਕ ਜਿਹੜੇ 10 ਸਾਲ ਸਦਾ ਦੇ ਵਿੱਚ ਰਹਿ ਕੇ ਗੁਰੂ ਦਾ ਨਿਰਾਦਰ ਕਰਕੇ ਆਪਣਾ ਵੋਟ ਬੈਂਕ ਪੱਕਾ ਕਰਨ ਦੇ ਯਤਨਾਂ ਸੀ, ਅੱਜ ਕਿਹੜੀ ਕਗਾਰ ਤੇ ਖੜੇ ਆ। ਤੇ ਦੂਜੇ ਹੱਥ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਕਾਂਡ ਦੇ ਦੋਸ਼ੀਆਂ ਨੂੰ ਬਚਾ ਰਹੇ ਆ, ਮਤਲਬ ਕਿ ਕਾਂਗਰਸ ਦੀ ਹਕੂਮਤ, ਉਹ ਵੀ ਬਰਾਬਰ ਦੇ ਦੋਸ਼ੀ ਹੈ। ਸੋ 15 ਦਿਨ ਦੋਸਤੋ ਕਾਂਗਰਸ ਹਕੂਮਤ ਨੂੰ ਦਿੱਤੇ ਆ, 15 ਦਿਨ ਦੇ ਅੰਦਰ ਜੇ ਕੋਈ ਦੋਸ਼ੀਆਂ ਦੇ ਵਿਰੁੱਧ ਠੋਸ ਕਾਰਵਾਈ ਨਾ ਅਦਾਲਤੀ ਪ੍ਰਕਿਰਿਆ ਸ਼ੁਰੂ ਕੀਤੀ ਤੇ ਕੋਈ ਸਖ਼ਤ ਜਿਹੜਾ ਐਕਸ਼ਨ ਲੀਕਿਆ ਜਾਏਗਾ ਤੁਹਾਡੀ ਸਾਥ ਤੇ ਸਪੋਰਟ ਦੇ ਨਾਲ, ਤੁਹਾਨੂੰ ਨਾਲ ਲੈ ਕੇ ਪੂਰੇ ਪੰਜਾਬ ਦੇ ਲੋਕਾਂ ਨੂੰ। ਸੋ ਮੈਂ ਫਿਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ, ਮੈਂ ਲੇਟ ਹਾਜ਼ਰ ਹੋਇਆ, ਤੁਹਾਡਾ ਧੰਨਵਾਦ ਕਰਨ ਲਈ ਉਹਦੀ ਵੀ ਮਾਫ਼ੀ ਮੰਗਦਾ। ਆਉਂਦੇ ਹੋਏ ਜਦੋਂ ਕੱਲ੍ਹ ਵਾਪਸ ਤੁਰੇ ਬਰਗਾੜੀ ਤੋਂ ਤੇ
ਹਰ ਢਾਬੇ ਦੇ ਉੱਤੇ, ਹਰ ਪੈਟਰੋਲ ਪੰਪ ਦੇ ਉੱਤੇ, ਹਰ ਚਾਹ ਵਾਲੇ ਖੋਖੇ ਦੇ ਉੱਤੇ, ਮਤਲਬ ਜਿਹੜਾ ਵਾਪਸੀ ਆਉਂਦੇ ਹੋਏ ਵੀ ਨਹੀਂ ਤਾਂ ਆਮ ਕਰਕੇ ਕੀ ਹੁੰਦਾ, ਵਾਪਸੀ ਆਉਂਦੇ ਬੰਦੇ ਥੱਕ ਜਾਂਦੇ ਆ, ਵਾਪਸੀ ਆਉਂਦੇ ਹੋਏ ਵੀ ਕਾਲਾ ਝੰਡਾ ਜਿਹੜਾ ਰੋਸ ਵਾਲਾ ਬੁਲੰਦ ਸੀ, ਵਾਪਸੀ ਆਉਂਦੇ ਹੋਏ ਵੀ ਸੰਗਤ ਜਕਾਰੇ ਛੱਡ ਰਹੀ ਸੀ। ਇਹ ਆ ਸੱਚਾਈ। ਤੇ ਦੂਜੇ ਪਾਸੇ ਅਡੰਬਰਵਾਦੀ ਝੂਠ ਤੇ ਤੂਫਾਨ ਤੋਲਣ ਵਾਲੇ ਲੋਕ। ਸੋ ਮੈਂ ਤੁਹਾਡਾ ਰਿਣੀ ਹੈ, ਜਿੰਨੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਸਜ਼ਾ ਨਹੀਂ ਮਿਲਦੀ, ਨਿਹੱਥੀ ਸੰਗਤ ਦੇ ਉੱਤੇ ਜਨਰਲ ਡਾਇਰ ਬਣ ਕੇ ਗੋਲੀਆਂ ਚਲਾਉਣ ਵਾਲੇ ਲੋਕਾਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ, ਦੋਸਤੋ ਉਨੀ ਦੇਰ ਚੈਨ ਨਾਲ ਨਹੀਂ ਬੈਠਣਾ, ਇਹ ਸੰਘਰਸ਼ ਉਨੀ ਦੇਰ ਤੱਕ ਜਾਰੀ ਰੱਖਣਾ। ਮੈਂ ਆਸ ਕਰਦਾ ਵੀ ਇਸੇ ਤਰੀਕੇ ਆਪਾਂ ਸਾਰੇ ਗੁਰੂ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਲਈ ਆਪਣੇ ਆਪ ਨੂੰ ਹਮੇਸ਼ਾ ਤਿਆਰ ਰੱਖਾਂਗੇ। ਮੈਂ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ 7 ਅਕਤੂਬਰ ਤੋਂ ਬਾਅਦ 14 ਅਕਤੂਬਰ ਨੂੰ ਫਿਰ ਸੰਗਤਾਂ ਬਰਗਾੜੀ 'ਚ ਇਕੱਠੀਆਂ ਹੋਣ ਜਾ ਰਹੀਆਂ ਨੇ। ਇਸ ਵਾਰ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਰੈਲੀ ਹੈ ਅਤੇ ਨਾ ਹੀ ਕਾਂਗਰਸ ਦੀ, ਇਸ ਕਰਕੇ 14 ਅਕਤੂਬਰ ਨੂੰ ਫਿਰ ਸੰਗਤਾਂ ਦਾ ਭਾਰੀ ਇਕੱਠ ਕੋਟਕਪੁਰਾ ਅਤੇ ਬਰਗਾੜੀ 'ਚ ਵੇਖਿਆ ਜਾ ਸਕਦਾ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।